ਮਿੱਤਰੋ, ਮੈਂ ਹਾਂ ਸਾਡਾ ਕਿਸਾਨ ਤੋਂ ਲਵਪ੍ਰੀਤ ਸਿੰਘ ਭੁੱਲਰ। ਤੁਸੀਂ ਸਬਜ਼ੀ ਕੋਈ ਮਰਜ਼ੀ ਲਗਾਈ ਹੈ, ਚਾਹੇ ਤੁਸੀਂ ਕੱਦੂ ਲਗਾਏ ਆ, ਤੋਰੀਆਂ ਲਗਾਈਆਂ, ਭਿੰਡੀਆਂ ਲਗਾਈਆਂ, ਸ਼ਿਮਲਾ ਮਿਰਚ ਲਗਾਈ ਆ, ਕੋਈ ਕਿਸੇ ਤਰ੍ਹਾਂ ਦੀ ਮਰਜ਼ੀ ਸਬਜ਼ੀ ਲਗਾਈ ਆ, ਅੱਜ ਤੁਹਾਡੀਆਂ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਕਰਨ ਜਾ ਰਹੇ ਹਾਂ। ਜੇਕਰ ਤੁਹਾਡੀਆਂ ਬੱਲਾਂ ਸੁੱਕ ਰਹੀਆਂ ਤਾਂ ਤੁਸੀਂ ਕੀ ਕਰਨਾ ਕਿ ਜਦੋਂ ਤੁਸੀਂ ਪਾਣੀ ਲਾਉਣੇ ਆ ਨਾ, ਉਦੋਂ ਬਸ ਨੱਕੇ ਦੇ ਉੱਪਰ ਜਿਹੜੀ ਚਿੱਟੀ ਫਟਕੜੀ ਦਾ ਟੁਕੜਾ ਹੁੰਦਾ ਉਹ ਰੱਖ ਦਿਆ ਕਰੋ, ਅਤੇ ਇਹ ਰਿਪੀਟ ਆਪਾਂ 15 ਦਿਨਾਂ ਬਾਅਦ ਫੇਰ ਕਰਨਾ। ਜੇਕਰ ਤੁਸੀਂ ਇਹ ਮੱਥਾ ਨਹੀਂ ਮਾਰ ਸਕਦੇ ਤਾਂ ਤੁਸੀਂ ਕੀ ਕਰਨਾ, ਤੁਹਾਡੇ ਕੋਈ ਮਰਜ਼ੀ ਸਬਜ਼ੀ ਹੈ, ਚਾਹੇ ਭਿੰਡੀਆਂ, ਚਾਹੇ ਕੱਦੂ ਕਰੇਲਿਆਂ ਦੀਆਂ ਬੱਲਾਂ ਗੀਆਂ, ਤੁਸੀਂ ਕੀ ਕਰਨਾ, ਉਹਨਾਂ ਦੀਆਂ ਜੜ੍ਹਾਂ ਤੋਂ ਇੱਕ ਗਿੱਟ ਸਨ ਛੱਡ ਕੇ, ਜਿਹੜੀ ਚਿੱਟੀ ਫੜਕ ਦਾ ਟੁਕੜਾ ਹੁੰਦਾ ਤੁਸੀਂ ਕੀ ਕਰਨਾ, ਚਿੱਟੀ ਫੜਕ ਨੂੰ ਕੁੱਟ ਕੇ ਬਰੀਕ ਕਰ ਲੈਣਾ, ਅਤੇ ਉਹਦਾ ਨਿੱਕਾ ਜਿਹੜਾ ਟੁਕੜਾ ਹੁੰਦਾ ਉਹ ਮਿੱਟੀ 'ਚ ਦੱਬ ਦੇਣਾ। ਬਸ ਜਦੋਂ ਹੀ ਤੁਸੀਂ ਪਾਣੀ ਲਗਾਓਗੇ ਉਸਦਾ ਰਿਜ਼ਲਟ ਤੁਹਾਨੂੰ ਮਿਲ ਜਾਊਗਾ। ਇਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਜਿਹੜੀ ਆਪਣੇ ਘਰ ਸਵਾਹ ਹੁੰਦੀ ਆ ਤਾਂ ਉਸ ਨੂੰ ਆਪਣੀਆਂ ਸਬਜ਼ੀਆਂ ਦੇ ਉੱਪਰ ਜ਼ਰੂਰ ਪਾ ਦਿਆ ਕਰੋ, ਬਹੁਤ ਜ਼ਿਆਦਾ ਬੈਨੀਫਿਟ ਹੁੰਦੇ ਹੈਗੇ। ਇੱਕ ਤਾਂ ਇਹਨਾਂ ਸਵਾਹ ਦੇ ਵਿੱਚ ਛੋਟੇ ਛੋਟੇ ਤੱਤ ਹੁੰਦੇ ਆ, ਅਤੇ ਦੂਜਾ ਜਦੋਂ ਉੱਪਰ ਪੈਂਦੀ ਹੈ ਤਾਂ ਜਿਹੜੇ ਕੀਟ ਹੁੰਦੇ ਆ ਉਹ ਬਹੁਤ ਜ਼ਿਆਦਾ ਘੱਟ ਹਮਲਾ ਕਰਦੇ ਆ। ਜੇਕਰ ਤੁਹਾਡੇ ਸਬਜ਼ੀ ਉੱਪਰ ਕਿਸੇ ਕੀਟ ਨੇ ਹਮਲਾ ਕਰਤਾ, ਕੀੜੇ ਮਕੌੜੇ ਨੇ ਹਮਲਾ ਕਰਤਾ, ਤੁਹਾਡੇ ਸਬਜ਼ੀਆਂ ਦੇ ਜਿਹੜੇ ਪੱਤੇ ਆ, ਕੱਦੂ ਕਰੇਲਿਆਂ ਦੇ ਪੱਤੇ ਆ, ਸੁੰਗੜ ਰਹੇ ਆ, ਤਾਂ ਤੁਸੀਂ ਜਿਹੜਾ ਆਪਣਾ ਨਿੰਮ ਦਾ ਤੇਲ ਹੁੰਦਾ ਇਹ ਆਪਣੇ ਪੈਸਟੀਸਾਈਡ ਦੁਕਾਨਾਂ ਤੋਂ ਆਮ ਹੀ ਮਿਲ ਜਾਂਦਾ, ਅਲੱਗ ਅਲੱਗ PPM ਦੇ ਵਿੱਚ ਹੁੰਦਾ, ਇਹ 400 PPM ਵੀ ਹੁੰਦਾ ਅਤੇ 10,000 PPM ਵੀ ਹੁੰਦਾ, ਅਤੇ ਇਹਦੀ ਡੋਜ਼ ਵੀ ਅਲੱਗ ਅਲੱਗ ਹੁੰਦੀ ਆ। ਅਤੇ ਤੁਹਾਨੂੰ ਮੋਟਾ ਮੋਟਾ ਮੈਂ ਦੱਸ ਦੇਵਾਂ, ਤੁਸੀਂ 1 ਲੀਟਰ ਮਗਰ ਜਿਹੜਾ ਨਿੰਮ ਦਾ ਤੇਲ ਹੁੰਦਾ 2 ਤੋਂ 2.5 ml ਲੈਣਾ ਅਤੇ ਉਸਦੀ ਸਪਰੇਅ ਕਰ ਦੇਣੀ ਆ। ਬਾਕੀ ਜੇਕਰ ਆਪਣੇ ਫੁੱਲ ਸੁੱਕ ਕੇ ਜਾਂਦੇ ਆ ਤਾਂ ਆਪਾਂ ਕੀ ਕਰਨਾ ਕਿ ਜਿਹੜਾ ਚਿੱਟੀ ਫੜਕ ਦਾ ਟੁਕੜਾ ਹੁੰਦਾ, ਇੱਕ ਤੁਹਾਨੂੰ ਉਦਾਹਰਨ ਦਿੰਦਾ ਕਿ ਆਪਾਂ 1 ਲੀਟਰ ਪਾਣੀ ਦੇ ਵਿੱਚ ਇਸਨੂੰ ਅੱਧਾ ਘੰਟਾ ਰੱਖਣਾ, ਅੱਧੇ ਘੰਟੇ ਬਾਅਦ ਟੁਕੜਾ ਬਾਹਰ ਕਰ ਦੇਣਾ, ਜਿੰਨਾ ਉਹ ਪਾਣੀ ਹੋਊਗਾ, ਚਾਹੇ ਤੁਸੀਂ 1 ਲੀਟਰ ਲਿੱਤਾ ਚਾਹੇ 10 ਲੀਟਰ ਲਿੱਤਾ, ਉਨਾ ਹੀ ਸਾਦਾ ਪਾਣੀ ਲੈਣਾ ਅਤੇ ਇਸਦੀ ਸਪਰੇਅ ਕਰ ਦੇਣੀ ਆ। ਯਾਦ ਰਹੇ ਦੋਸਤੋ, ਅੱਧਾ ਜਾਂ 1.5 ਘੰਟਾ ਹੀ ਆਪਾਂ ਇਸ ਫੜਕੜੀ ਦੇ ਟੁਕੜੇ ਨੂੰ ਇਸ ਪਾਣੀ ਵਿੱਚ ਰੱਖਣਾ। ਜੇਕਰ ਘੰਟੇ ਤੋਂ ਉੱਪਰ ਟਾਈਮ ਹੋ ਗਿਆ ਫਿਰ ਇਹ ਨੁਕਸਾਨ ਕਰੂਗਾ, ਫਿਰ ਇਹ ਪਾਣੀ ਆਪਾਂ ਇਹ ਜੂਸ ਨਹੀਂ ਕਰਨਾ ਗਾ। ਆਪਾਂ ਚਿੱਟੀ ਫੜਕੜੀ ਦਾ ਵਾਲਾ ਪਾਣੀ ਅਤੇ ਨਿੰਮ ਦਾ ਤੇਲ ਦੋਨੋਂ ਦਾ ਇਕੱਠਾ ਵੀ ਸਪਰੇਅ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਇਕੱਲੇ ਨਿੰਮ ਦੇ ਤੇਲ ਦਾ ਸਪਰੇਅ ਕਰਨਾ ਤਾਂ ਉਹ ਇਕੱਲਾ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਤੁਸੀਂ ਫਲ ਫੁੱਲ ਦੀ ਮਾਤਰਾ ਵਧਾਉਣੀ ਹੈ, ਜਿਹੜਾ ਕੱਦੂ ਦਾ ਸਾਈਜ਼ ਆ ਉਹ ਵੱਡਾ ਹੋਵੇ, ਤਾਂ ਤੁਸੀਂ ਸਰ੍ਹੋਂ ਦੀ ਹਲਦੀ ਵਰਤੋਂ ਕਰ ਸਕਦੇ ਹਾਂ। ਆਪਾਂ ਕੀ ਕਰਨਾ, 100-150 ਗ੍ਰਾਮ ਸਰ੍ਹੋਂ ਦੀ ਖਲ ਲੈਣੀ ਆ, 2 ਲੀਟਰ ਪਾਣੀ ਦੇ ਵਿੱਚ 24 ਘੰਟੇ ਦੀ ਰੱਖ ਦੇਣੀ ਆ। ਜਦੋਂ ਇਹ ਚੰਗੀ ਤਰ੍ਹਾਂ ਇਸ ਪਾਣੀ ਦੇ ਵਿੱਚ ਘੁਲ ਜੇ ਤਾਂ ਇਹ ਆਪਣਾ ਜਿਹੜਾ 2 ਲੀਟਰ ਪਾਣੀ ਆ 4 ਬੱਲਾਂ ਲਈ ਤਿਆਰ ਆ। ਆਪਾਂ ਕੀ ਕਰਨਾ, ਇਸ ਨੂੰ 1.5-1.5 ਲੀਟਰ ਪ੍ਰਤੀ ਬਲ ਦੇ ਹਿਸਾਬ ਨਾਲ ਪਾਉਣਾ ਗਾ। ਯਾਦ ਰਹੇ ਦੋਸਤੋ, ਇਹ ਪਾਉਣ ਤੋਂ ਬਾਅਦ ਪਾਣੀ ਲਗਾਉਣਾ, ਜੇਕਰ ਪਾਣੀ ਲਗਾਉਣਾ ਤਾਂ ਉਹ ਇਸ ਪਾਉਣ ਤੋਂ ਇਹ ਪਾਉਣ ਤੋਂ ਪਹਿਲਾਂ ਲਗਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਆਪਣੀਆਂ ਸਬਜ਼ੀਆਂ ਗਰੋਥ ਨਹੀਂ ਕਰ ਰਹੇ, ਕੱਦੂ ਕਰੇਲੇ ਚੰਗੀ ਤਰ੍ਹਾਂ ਤਿਆਰ ਨਹੀਂ ਹੋ ਰਹੇ, ਵੱਧ ਫੁੱਲ ਨਹੀਂ ਰਹੇ, ਤਾਂ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇਅ ਕਰ ਸਕਦੇ ਹਾਂ। ਆਪਾਂ ਕੀ ਕਰਨਾ, ਘੱਟੋ ਘੱਟ 1 ਸਾਲ ਪੁਰਾਣੀ ਪਾਥੀ ਲੈਣੀ ਆ, ਉਸ ਨੂੰ 5 ਦਿਨਾਂ ਦੇ ਲਈ 5 ਲੀਟਰ ਪਾਣੀ ਦੇ ਵਿੱਚ ਰੱਖ ਦੇਣਾ। 5 ਦਿਨਾਂ ਬਾਅਦ ਇਹ ਪਾਥੀ ਬਾਹਰ ਕੱਢ ਲੈਣੀ, ਜਿਹੜਾ ਬਚਿਆ ਪਾਣੀ ਆ, ਤਾਂ ਆਪਾਂ ਕੀ ਕਰਨਾ, 15 ਲੀਟਰ ਸਾਦਾ ਪਾਣੀ ਲੈਣਾ, ਉਹਦੇ ਵਿੱਚ 2 ਲੀਟਰ ਆਪਾਂ ਪਾਥੀਆਂ ਦਾ ਪਾਣੀ ਪਾਉਣਾ ਅਤੇ ਇਸਦੀ ਸਪਰੇਅ ਕਰ ਦੇਣੀ ਆ। ਅਤੇ ਜਿਹੜਾ ਪਾਣੀ ਬਚ ਗਿਆ ਜਦੋਂ ਆਪਾਂ ਪਾਣੀ ਲਗਾਵਾਂਗੇ, ਉਦੋਂ ਪਾਣੀ ਦੇ ਨਾਲ ਇਸ ਪਾਥੀਆਂ ਦੇ ਪਾਣੀ ਨੂੰ ਆਪਾਂ ਦੇ ਸਕਦੇ ਹਾਂ। ਹੁਣ ਦੋਸਤੋ, ਇਹ ਤਾਂ ਉਹ ਫਾਰਮੂਲੇ ਸੀਗੇ ਜਿਹੜੇ ਕਿ ਆਪਣੇ ਘਰ ਸਮਾਨ ਪਿਆ ਗਾ, ਉਹਨਾਂ ਤੋਂ ਤਿਆਰ ਕਰਕੇ ਆਪਾਂ ਆਪਣੀ ਸਬਜ਼ੀ ਔਰਗੈਨਿਕ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ। ਜੇਕਰ ਆਪਾਂ ਜੈਵਿਕ ਤਰੀਕੇ ਨਾਲ ਤਿਆਰ ਕਰਨੀ, ਯਾਰ ਆਪਾਂ ਘਰੋਂ ਇੰਨਾ ਮੱਥਾ ਨਹੀਂ ਮਾਰ ਸਕਦੇ, ਕਿੱਧਰੋਂ ਫਟਕੜੀ ਲੈ ਕੇ ਆਵਾਂਗੇ, ਚਲ ਫਟਕੜੀ ਤਾਂ ਸੌਖਾ ਕੰਮ ਆਗਾ, ਕਿੱਧਰੋਂ ਪਾਥੀ ਲੈ ਕੇ ਆਵਾਂਗੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਵਾਂਗਾ, ਜਿਹੜਾ ਕਿ ਆਪਾਂ ਸਮਾਨ ਮਾਰਕੀਟ ਵਿੱਚੋਂ ਲੈ ਸਕਦੇ ਹਾਂ, ਉਹ ਵੀ ਔਰਗੈਨਿਕ ਯਾਨੀ ਕਿ ਜੈਵਿਕ ਤਰੀਕੇ ਨਾਲ ਹੀ ਆਪਣੀ ਸਬਜ਼ੀ ਤਿਆਰ ਹੋਵੇਗੀ, ਆਪਾਂ ਕੋਈ ਵੀ ਕੈਮੀਕਲ ਨਹੀਂ ਵਰਤਣਾ। ਹੁਣ ਦਿਓ ਇਜਾਜ਼ਤ, ਧੰਨਵਾਦ ਦੋਸਤੋ।